ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਭਗਵੰਤ ਮਾਨ ਅੱਜ ਇੱਕ ਖਾਸ ਮੌਕੇ 'ਤੇ ਇਕੱਠੇ ਹੋਏ ਹਾਂ ਕਿਉਂਕਿ ਗਲੋਬਲਾਈਜੇਸ਼ਨ ਤੋਂ ਬਾਅਦ ਦੁਨੀਆ ਇੱਕ ਪਿੰਡ ਬਣ ਗਈ ਹੈ। ਸਾਡੇ ਬੱਚੇ ਇੱਥੇ ਪੜ੍ਹਦੇ ਨੇ, ਐਗਜ਼ਾਮ ਸ਼ਿਕਾਗੋ ਹੁੰਦੇ ਨੇ, ਸਾਡੇ ਬੱਚੇ ਇੱਥੇ ਟ੍ਰੇਨਿੰਗ ਲੈਂਦੇ ਨੇ, ਉਹਨਾਂ ਦਾ ਜਿਹੜਾ ਐਗਜ਼ਾਮ ਹੈ ਉਹ ਲੰਡਨ 'ਚ ਹੁੰਦਾ ਹੈ, ਉਹ ਬਰਮਿੰਗਮ 'ਚ ਹੁੰਦਾ ਹੈ, ਉਹ ਮੈਲਬਰਨ ਹੁੰਦਾ, ਸਿਡਨੀ ਹੁੰਦਾ। ਬੱਚੇ ਕੰਮ ਇੱਥੇ ਕਰਦੇ ਨੇ, ਉਹਦਾ ਜਿਹੜਾ ਇੰਪੈਕਟ ਹੈ ਉਹ ਵੈਨਕੂਵਰ ਹੁੰਦਾ। ਸੋ ਦੁਨੀਆ ਇੱਕ ਛੋਟਾ ਜਿਹਾ ਪਿੰਡ ਬਣ ਗਈ ਹੈ। ਉਸੇ ਸਿਲਸਿਲੇ 'ਚ ਅਸੀਂ UK ਦੇ ਨਾਲ, ਕਿਉਂਕਿ ਸਭ ਤੋਂ ਪਹਿਲਾਂ ਪੰਜਾਬੀ ਜਿਹੜੇ ਸੀਗੇ ਉਹ ਪੁਰਾਣੇ ਉਹ UK ਦੇ ਵਿੱਚ ਗਏ ਸੀ। ਅੱਜ ਵੀ UK ਦੇ ਵਿੱਚ ਬਹੁਤ ਸਾਰੇ ਪੰਜਾਬ ਵੱਸਦੇ ਨੇ, ਪੰਜਾਬੀ ਵੱਸਦੇ ਨੇ, ਘੁੱਗ ਵੱਸਦੇ ਨੇ। ਸੋ ਅੱਜ ਬ੍ਰਿਟਿਸ਼ ਕੌਂਸਲ ਅਤੇ ਬ੍ਰਿਟਿਸ਼ ਅੰਬੈਸੀ ਤੋਂ ਸਾਡੇ ਕੋਲ ਅਧਿਕਾਰੀ ਆਏ ਹੋਏ ਨੇ, ਡਿਪਟੀ ਹਾਈ ਕਮਿਸ਼ਨਰ ਨੇ UK ਦੇ ਜਿਹੜੇ ਚੰਡੀਗੜ੍ਹ ਦੇ ਵਿੱਚ, ਮਿਸ ਕੈਰੋਲੀਨਾ ਰੋਬਰਟ, ਉਹ ਆਏ ਨੇ। ਅਤੇ ਬ੍ਰਿਟਿਸ਼ ਕੌਂਸਲ ਵੱਲੋਂ ਮਿਸਟਰ ਡੰਕਨ ਵਿਲਸਨ MD ਨੇ BCEIPL ਦੇ। ਅਸੀਂ ਇਹਨਾਂ ਨਾਲ ਹਾਇਰ ਐਜੂਕੇਸ਼ਨ ਦੇ ਸਾਡੇ ਮਨਿਸਟਰ ਹਰਜੋਤ ਬੈਂਸ ਜੀ ਬੈਠੇ ਨੇ, ਸਾਡੇ ਅਫਸਰ ਬੈਠੇ ਨੇ ਐਜੂਕੇਸ਼ਨ ਨਾਲ ਰਿਲੇਟਡ। ਇਹਨਾਂ ਨਾਲ ਇੱਕ MOU ਸਾਈਨ ਕੀਤਾ ਕਿ ਸਾਡੇ ਬੱਚਿਆਂ ਨੂੰ ਇੰਗਲਿਸ਼ ਫੋਰ ਵਰਕ ਉਹਦੇ ਵਿੱਚ ਟ੍ਰੇਨਿੰਗ ਇਹ ਸਾਨੂੰ ਦੇਣਗੇ। ਪੰਜਾਬੀ ਤਾਂ ਅਸੀਂ ਕਰਨੀ ਲਾਜ਼ਮੀ ਕੀਤੀ ਹੋਈ ਹੈ, ਪੰਜਾਬੀ ਇੱਕ ਲਾਜ਼ਮੀ ਵਿਸ਼ਾ ਪੰਜਾਬ ਦੇ ਵਿੱਚ ਔਰ ਕੰਪਲਸਰੀ ਸਬਜੈਕਟ ਹੋਣ ਦੇ ਨਾਤੇ ਪੰਜਾਬੀ ਸਭ ਨੂੰ ਪੜ੍ਹਨੀ ਪੈਂਦੀ ਵੀ ਹੈ ਔਰ ਸੱਚਾਈ ਦੀ ਵੀ ਹੈ, ਮੈਂ ਕਹਿੰਦਾ ਸਾਡਾ ਫਰਜ਼ ਵੀ ਹੈ। ਤੋ ਨਾਲ ਨਾਲ ਦੂਜੀਆਂ ਭਾਸ਼ਾਵਾਂ ਦੀ ਜਾਣਕਾਰੀ, ਭਾਵੇਂ ਉਹ ਫਰੈਂਚ ਹੋਵੇ, ਭਾਵੇਂ ਜਰਮਨ ਹੋਵੇ, ਸੋ ਇੰਗਲਿਸ਼ ਜਿਹੜੀ ਹੈ, ਕਿਉਂਕਿ ਦੁਨੀਆ ਭਰ ਦੇ ਵਿੱਚ ਇੰਗਲਿਸ਼ ਬੋਲੀ ਜਾਂਦੀ ਹੈ। ਔਰ ਸਾਡੇ ਬੱਚੇ ਕਈ ਵਾਰ ਸਾਡੇ ਕੋਲ ਇਸ ਤਰ੍ਹਾਂ ਦੀਆਂ ਕਈ ਵਾਰ ਅਪੀਲਾਂ ਵੀ ਆਈਆਂ ਨੇ, ਥੋੜ੍ਹੀਆਂ ਸ਼ਿਕਵੇ ਸ਼ਿਕਾਇਤਾਂ ਵੀ ਆਈਆਂ ਨੇ ਕਿ ਅਸੀਂ ਇੰਗਲਿਸ਼ 'ਚ ਮਾਰ ਖਾ ਜਾਂਦੇ ਹਾਂ ਜੀ। ਸੋ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਜਿਹੜਾ ਉਹ ਜਾਵੇ, ਕਿਤੇ ਵੀ ਜਾਵੇ ਅਤੇ ਉਹਨੂੰ ਕੋਈ ਜਿਹੜੀ ਬੋਲੀ ਪੱਖੋਂ, ਲੈਂਗੁਏਜ ਪੱਖੋਂ ਉਹਦੇ ਕੋਈ ਨੰਬਰ ਕਿਸੇ ਪੱਖੋਂ ਘੱਟ ਆਉਣ। ਸੋ ਹਰ ਪੱਖ ਤੋਂ ਅਸੀਂ ਆਪਣੇ ਬੱਚੇ ਨੂੰ, ਪੰਜਾਬ ਦੇ ਜੰਮੇ ਹੋਏ ਬੱਚੇ ਨੂੰ, ਪੰਜਾਬ ਦੇ ਪੜ੍ਹੇ ਹੋਏ ਬੱਚੇ ਨੂੰ ਪਰਫੈਕਟ ਬਣਾਉਣਾ ਚਾਹੁੰਦੇ ਹਾਂ। ਸੋ ਮੈਂ ਬ੍ਰਿਟਿਸ਼ ਕੌਂਸਲ ਦਾ ਔਰ ਬ੍ਰਿਟਿਸ਼ ਅੰਬੈਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਫਰੀ ਆਫ ਕੋਸਟ ਸਾਡੇ ਜਿਹੜੇ ਬੱਚੇ ਨੇ, ਇਹ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਸਾਡਾ ਜਿਹੜਾ ਡਿਸਾਈਡ ਕਰੂਗਾ। ਪਹਿਲੇ ਬੈਚ ਦੇ ਵਿੱਚ 5000 ਬੱਚੇ ਅਸੀਂ ਸਿਲੈਕਟ ਕਰ ਰਹੇ ਹਾਂ ਔਰ ਉਹ ਇੱਥੇ ਹੀ ਰਹਿਣਗੇ, ਇੱਥੇ ਹੀ ਉਹਨਾਂ ਨੂੰ ਨੌਕਰੀਆਂ ਮਿਲਣਗੀਆਂ, ਇੱਥੇ ਹੀ ਉਹਨਾਂ ਨੂੰ ਕੰਮ ਮਿਲੂਗਾ, ਤਾਂ ਕਿ ਕਿਉਂਕਿ ਇਹਦਾ ਨਾਮ ਹੀ ਇੰਗਲਿਸ਼ ਫੋਰ ਵਰਕ ਹੈ। ਸੋ ਤਾਂ ਕਿ ਕੋਈ ਕੋਈ ਵੀ ਨੌਕਰੀ ਲੈਣ ਲਈ ਇੰਗਲਿਸ਼ ਜਿਹੜੀ ਹੈ ਉਹ ਬੈਰੀਅਰ ਨਾ ਬਣੇ, ਤਾਂ ਇਹ ਬਹੁਤ ਵਧੀਆ ਕਦਮ ਹੈ। ਔਰ ਇਨਵੈਸਟ ਪੰਜਾਬ ਦੇ ਵਿੱਚ ਜੋ UK ਹੈ ਉਹ ਸਾਡਾ ਪਾਰਟਨਰ ਕੰਟਰੀ ਹੈ, ਬਹੁਤ ਸਾਰੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਜਿਹੜੀ UK ਤੋਂ, UK ਸਿਟੀਜ਼ਨਸ ਤੋਂ ਇੱਥੇ ਪੰਜਾਬ ਵੱਲ ਆ ਰਹੀ ਹੈ। ਸੋ ਆਈ ਹੋਪ ਕਿ ਪੰਜਾਬ ਦਾ ਔਰ UK ਦਾ ਇੱਕ ਲੌਂਗ ਐਸੋਸੀਏਸ਼ਨ ਜਿਹੜੀ ਹੈ ਉਹ ਬਣੂਗੀ ਅਤੇ ਅਸੀਂ ਦੁਨੀਆ ਦੇ ਹਾਣ ਦੇ ਹੋਵਾਂਗੇ। ਬਹੁਤ ਬਹੁਤ ਧੰਨਵਾਦ।